मुखार नहीं मिलता, क्यों लोग ये कहते हैं गमखार नहीं मिलता, तैबा में चला जाए। जिसे प्यार नहीं मिलता, ਤੁਸੀਂ ਉੱਚੀ ਆਖੋ ਨਾ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ। ਉਹ ਤਾਂ ਮੌਲਵੀ ਸਾਹਿਬ ਨੇ ਵੀ ਕਹਿ ਦਿੱਤੀ, ਹੁਣ ਤਾਂ ਤੁਸੀਂ ਕਹਿ ਦਿਓ ਸੁਭਾਨ ਅੱਲਾਹ ਸੁਭਾਨ ਅੱਲਾਹ। ਕਿਉਂ ਲੋਗ ਇਹ ਕਹਤੇ ਹੈ ਆ ਦੁਨੀਆ ਵਾਲੋ ਇਸ਼ਕ ਹੋਵੇ ਅੰਦਰ, ਮੁਹੱਬਤ ਹੋਵੇ ਅੰਦਰ, ਸਿਰਫ ਇਹ ਵੀ ਨਹੀਂ ਜੋ ਇਸ਼ਕ ਅੰਦਰ ਅੰਦਰ ਹੋਵੇ, ਇਸ਼ਕ ਆਪਣਾ ਜ਼ਾਹਿਰ ਵੀ ਦਿਖਾਉਂਦਾ ਹੈ, ਇਸ਼ਕ ਆਪਣਾ 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 ਆਪ ਵੀ ਦਿਖਾਉਂਦਾ ਹੈ। ਜਦੋਂ ਅੱਲਾਹ ਦੇ ਪਾਕ ਪੈਗੰਬਰ ਅਲੈਹ ਸਲਾਤੁ ਵਸਾ ਵੇ ਮੀ ਅੱਜ ਤੂੰ ਤੇ ਮੈਂ ਵੀ ਆਪਣੇ ਆਪ ਨੂੰ ਆਸ਼ਿਕ ਕਹਿੰਦੇ ਹਾਂ, ਓਏ ਅੱਜ ਤੇਰਾ ਤੇ ਮੇਰਾ ਇਸ਼ਕ ਬਿਸਤਰ ਤੂੰ ਉਠਾ ਕੇ ਮਸਜਿਦ ਦੇ ਅੰਦਰ ਨਹੀਂ ਲੈ ਜਾ ਸਕਦਾ। ਕੀ ਯਾਰ ਇਸ਼ਕੇ ਓਏ ਅੱਜ ਤੂੰ ਤੇ ਮੈਂ ਇਸ਼ਕ ਉਤੇ ਮੁਹੰਮਦ ਰਸੂਲਾ ਦੇ ਨਾਰੇ ਤੇ ਦਾਅਵੇ ਕਰਦੇ ਰਹਿ ਜਾਂਦੇ ਹਾਂ, ਉਹ ਤੇਰਾ ਮੇਰਾ ਇਸ਼ਕ ਝੂਠ ਨਹੀਂ ਛੁੜਾ ਸਕਦਾ, ਤੈਨੂੰ ਤੇ ਮੈਨੂੰ ਜਿਹੜਾ ਇਸ਼ਕ ਸੂਦ ਤੂੰ ਪਿੱਛੇ ਨਹੀਂ ਹਟਾ ਸਕਦਾ, ਦੋ ਨੰਬਰੀ ਤੂੰ ਪਿੱਛੇ ਨਹੀਂ ਹਟਾ ਸਕਦਾ। ਓਏ ਇਹੋ ਜਿਹੇ ਆਸ਼ਿਕ ਲੋਕ ਸਨ ਜਿਨ੍ਹਾਂ ਨੇ ਸਾਰਾ ਕੁਝ ਛੱਡ ਦਿੱਤਾ ਪਰ ਮੁਹੰਮਦ ਰਸੂਲ ਅੱਲਾ ਨੂੰ ਨਹੀਂ ਛੱਡਿਆ। ਇਸ ਵਾਸਤੇ ਦੁਆ ਕਰ ਅੱਲਾ ਕਿਹੜਾ ਖੁਸ਼ਕਿਸਮਤ ਤੂੰ ਅਬਦੁੱਲਾ ਜ਼ੁਲਮ ਜਾਦੈਨ ਉਹ ਸਾਹਬੀ ਦਾ ਨਾਂ ਹੈ, ਜ਼ੁਲਮ ਜਾਦੈਨ ਕਹਿੰਦੇ ਦੋ ਚਾਦਰਾਂ ਵਾਲੇ ਨੂੰ, ਇਸ ਵਾਸਤੇ ਚੁੱਕੇ ਦੋ ਚਾਦਰਾਂ ਪਾ ਕੇ ਆਇਆ ਈ ਤੇ ਫਿਰ ਸਾਹਬੀ ਬਾਹ ਦੇ ਅੰਦਰ ਕਹਿੰਦਾ ਈ ਮੇਰਾ ਨਾਮ ਮੈਨੂੰ ਅਬਦੁੱਲਾ ਸਦਿਆ ਕਰੋ, ਨਾਲ ਜ਼ੁਲਮ ਜਾਦੈਨ ਸਦਿਆ ਕਰੋ। ਕਿਉਂ? ਇਸ ਵਾਸਤੇ ਕਿ ਇਹ ਸੁਣੇ ਮੁਹੰਮਦ ਨੇ ਮੇਰਾ ਨਾਮ ਰੱਖਿਆ ਏ, ਜਦੋਂ ਤੁਸੀਂ ਅਬਦੁੱਲਾ ਨਾਮ ਸਦੋਗੇ ਸੁਣੇ ਮੁਹੰਮਦ ਦੀ ਅਦਾ ਜ਼ਾਹਿਰ ਹੋ ਜਾਵੇਗਾ। ਅੱਲਾਹ ਅਕਬਰ। ਹਾਂ, ਕਿਉਂ ਲੋਕ ਇਹ ਕਹਤੇ ਹੈ ਗਮਖਾਰ ਨਹੀਂ ਮਿਲਤਾ, ਸੁੱਖ ਜੇ ਲਫ਼ਜ਼ ਨੇ ਔਖੇ ਕੋਨੀ ਪੜ੍ਹ ਲਓ, ਅੱਲਾ ਕਰੇ ਅਸਾਂ ਬਾਰ ਬਾਰ ਮਦੀਨੇ ਜਾਈਏ, ਆਮੀਨ। ਅੱਲਾ ਕਿਉਂ ਲੋਕ ਇਹ ਕਹਤੇ ਹੈ ਗਮਖਾਰ ਨਹੀਂ ਮਿਲਤਾ, ਤੈਬਾ ਮੇਂ ਚਲਾ ਜਾਏ, ਜਿਸੇ ਪਿਆਰ ਨਹੀਂ ਮਿਲਤਾ ਤੈਬਾ ਮੇਂ ਚਲਾ ਜਾਏ, ਜਿਸੇ ਪਿਆਰ ਨਹੀਂ ਮਿਲਤਾ ਵੋ ਐਸੀ ਨਗਰੀ ਹੈ ਸੁਲਤਾਨ ਦੋ ਆਲਮ ਕੀ, ਸਪੈਸ਼ਲ ਤੁਹਾਡੇ ਵਾਸਤੇ ਜੁਮਲਾ, ਓਏ ਉਸ ਨਗਰੀ ਮੇਂ ਸੁਨਨੇ ਕੋ, ਉਸ ਨਗਰੀ ਮੇਂ ਸੁਨਨੇ ਕੋ ਇਨਕਾਰ ਨਹੀਂ ਮਿਲਤਾ, ਉਸ ਨਗਰੀ ਮੇਂ ਸੁਨਨੇ ਕੋ ਇਨਕਾਰ ਨਹੀਂ ਮਿਲਤਾ। ਇਮਾਨ ਵਾਲੋ ਅਰਜ਼ ਕਰ ਰਿਹਾ, ਅੱਲਾ ਕਰੀਮ ਕਲ ਹਸ਼ਰ ਵਾਲੇ ਦਿਨ, ਮਹਸ਼ਰ ਵਾਲੇ ਦਿਨ ਇਹੋ ਜਿਹਾ ਬੰਦਾ ਚਾਹੇ ਕੋਈ ਕਾਲਾ ਹੈ ਤੇ ਚਾਹੇ ਕੋਈ ਗੋਰਾ ਹੈ, ਚਾਹੇ ਕੋਈ ਅਮੀਰ ਹੈ ਤੇ ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਮਾਲਦਾਰ ਹੈ ਤੇ ਚਾਹੇ ਕੋਈ ਜ਼ਿਮੀਦਾਰ ਹੈ, ਚਾਹੇ ਕੋਈ ਜਿਸ ਹੈਸੀਅਤ ਦਾ ਵੀ ਮਾਲਕ ਹੈ, ਅਗਰ ਉਸਦੇ ਦਿਲ ਦੇ ਅੰਦਰ ਇਸ਼ਕੇ ਮੁਸਤਫਾ ਹੋਏਗਾ, ਦਿਲ ਦੇ ਅੰਦਰ ਪਿਆਰੇ ਮਹਬੂਬ ਦੀ ਮੁਹੱਬਤ, ਸਾਹਿਰ ਦੇ ਅੰਦਰ ਸੁਣੇ ਮਹਬੂਬ ਦੀ ਤਾਲੀਮ, ਦਿਲ ਦੇ ਵਿੱਚ ਜ਼ਾਹਿਰ ਦਿਲ ਦੇ ਅੰਦਰ ਤਾਜ਼ੀਮ ਮੁਸਤਫਾ, ਜ਼ਾਹਿਰ ਵਜੂਦ ਤੇ ਤਾਲੀਮ ਮੁਸਤਫਾ, ਦਿਲ ਦੇ ਅੰਦਰ ਸ਼ਾਨ ਮੁਸਤਫਾ, ਜ਼ਾਹਿਰ ਵਜੂਦ ਤੇ ਬਿਆਨ ਮੁਸਤਫਾ, ਜਦੋਂ ਇਹ ਦੋ ਚੀਜ਼ਾਂ ਕੋਈ ਬੰਦਾ ਇਖਤਿਆਰ ਕਰ ਲੈਂਦਾ ਏ, ਅੱਲਾ ਕਰੀਮ ਫਰਮਾਂਦਾ ਹੈ ਤੈਨੂੰ ਕੋਈ ਕਹੇ ਆਸ਼ਿਕ ਤੇ ਭਾਵੇਂ ਨਾ ਕਹੇ, ਤੈਨੂੰ ਕੋਈ ਕਹੇ ਤੇ ਭਾਵੇਂ ਨਾ ਕਹੇ, ਮੈਂ ਰੱਬ ਜੋ ਕਹਿ ਰਿਹਾ ਚੁੱਕੇ ਤੂੰ ਮੇਰੇ ਸੋਹਣੇ ਦੀ ਅਦਾ ਅਦਾ ਕੀਤੀ ਏ, ਜਿਹੜਾ ਸੋਹਣੇ ਦੀ ਅਦਾ ਅਦਾ ਕਰਦਾ ਹੈ ਮੈਂ ਖੁਦਾ ਉਸਦੇ ਨਾਲ ਪਿਆਰ ਕਰਦਾ ਹਾਂ।
اس واسطے جو اون ایک بطور مثال دے میں عرض کر دیواں جے ویکھو نا او حبشے تو چلن والا حضرت بلال رضی اللہ تعالی عنہ رنگ دا وی کالا اے لوگ اس دے نال نفرت کردے نے لوگ بلاونا وی نہیں چاہندے غلام در غلام بکدا 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 جدو سونے محمد رسول اللہ صلی اللہ علیہ والہ وسلم آپ دے قدم مبارک دے اندر آئے تے پھر شان تے مقام عزت کتنی مل گئی ہے حال تھلے تے کال اُتے حال تھلے تے کال اُتے نبی دا حسن و جمال اُتے بڑا اگلا جملہ میں تانوں سناونا تہاڈی سبحان اللہ ایس تو اونی ہے تے چس نہیں اونی اور جملہ ایں تہاڈا دل بھی مننے گا جو واقعہ تاں ایتھے سبحان اللہ کہن دا حق بندا حال تھلے چھڑ دے بیٹھو حال تھلے تے کال اُتے حال تھلے تے کال اُتے نبی دا حسن و جمال اُتے واہ اس کا تیری ادا تو صدقے کعبہ تھلے اس واسطے اللہ کریم فرماندا ہے میاں نہ لڑیا کر نہ جھگڑیا کر اپنے نفس نو ویکھنا ایں تے بابے بلھے شاہ رحمت اللہ علیہ نے فرماندے رب رب کر دے بڈھے ہو گئے ملا پنڈت سارے رب دا کھوج خرانا لبا سجدے کر کر ہارے رب تیرے اندر وسدے وچ قران اشارے او بلیا رب اونوں ملسی جڑا نفس اپنے نو مارے چاہے کوئی نماز پڑھدا ہے تے تو دو نمازاں پڑھ لینا ہے ایک نماز پڑھنا ہے تے کہنا میں بڑا نمازی ہاں اے بڑا گناہگار ہے اے بندہ بڑا چغل خور ہے اے بندہ بڑا فلانا ہے پیا اس واسطے اللہ کریم فرماندا ہے جے اگر میرے محبوب دی غلامی دے اندر آ جاؤ گے میرے محبوب دے دامن رحمت دے اندر آ جاؤ گے میرے محبوب دے پیچھے پیچھے چل دے جاؤ گے مال میں نہیں دیکھاں گا جمال میں نہیں دیکھاں گا اکمال تہاڈا نہیں دیکھاں گا اقبال میں نہیں دیکھدا حسن میں نہیں دیکھدا زمینا تے مربے تے کوٹھیاں میں نہیں دیکھدا تیرے ترے تے شرے میں نہیں دیکھدا تیری ٹور تے قوال میں نہیں دیکھدا تیرے چال میں نہیں دیکھدا میں تے اے دیکھنا وا میرے محبوب دی ادا تیرے اندر کسے سبحان اللہ تیرے اندر ما اجن تسی تھک کے بیٹھو میں ہن مزہ آندا پیا کتنی دیر بس بس ٹائم تے 12 بج کے 9 منٹ ہو گئے وما علی الا البلاغ المبین